ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ 'ਚ ਹਿੰਦੂਆਂ ਅਤੇ ਸਿੱਖਾਂ 'ਚ ਦਰਾਰ ਪਾਉਣ ਦੀ ਸਾਜ਼ਿਸ਼ ਰਚ ਰਹੀ ਹੈ ਪਰ ਉਹ ਅਪੀਲ ਕਰਦੇ ਹਨ ਕਿ ਲੋਕ ਅਮਨ ਸ਼ਾਂਤੀ ਬਣਾ ਕੇ ਰੱਖਣ ਉਹਨਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਹਿੰਦੂਆਂ ਅਤੇ ਸਿੱਖਾਂ 'ਚ ਫਸਾਦ ਕਰਵਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਪਹਿਲੇ ਹੀ 15 ਸਾਲ ਤੱਕ ਤ੍ਰਾਸਦੀ ਝੱਲ ਚੁੱਕਾ ਹੈ ਅਤੇ ਅੱਜ ਵੀ ਲੋਕ ਉਹਨਾਂ ਦਿਨਾਂ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ ਪਰ ਕੁਝ ਰਾਜਨੀਤਿਕ ਪਾਰਟੀਆਂ ਪੰਜਾਬ ਨੂੰ ਫਿਰ ਉਸ ਦਲਦਲ 'ਚ ਧਕੇਲਣਾ ਚਾਹੁੰਦੀਆਂ ਹਨ ਉਹਨਾਂ ਕਿਹਾ ਕਿ ਅਗਰ ਸਰਕਾਰ ਤੋਂ ਕੋਈ ਗਲਤੀ ਹੋਈ ਹੈ ਤਾਂ ਉਹ ਜਨਤਾ ਕੋਲੋਂ ਉਸ ਦੀ ਮਾਫ਼ੀ ਮੰਗਦੇ ਹਨ ਪਰ ਇਸ ਦੀ ਸਜ਼ਾ ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੀ ਚਾਹੀਦੀ ਉਹਨਾਂ ਕਿਹਾ ਕਿ ਗਲਤੀਆਂ ਦੀ ਸਜ਼ਾ ਆਉਣ ਵਾਲੀਆਂ ਚੋਣਾਂ 'ਚ ਲੋਕ ਖੁਦ ਹੀ ਦੇ ਦੇਣਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਨਰਮੇ ਦੀ ਫਸਲ ਦੇ ਕਰੋੜਾਂ ਰੁਪਏ ਮੁਆਵਜ਼ੇ ਦੇ ਤੌਰ 'ਤੇ ਦਿੱਤੇ ਹਨ ਪਰ ਫਿਰ ਵੀ ਅਕਾਲੀ ਦਲ ਨੂੰ ਸਾਜ਼ਿਸ਼ ਦੇ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਬਾਦਲ ਨੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਪਿਤਾ ਦੀ ਬਰਸੀ ਮੌਕੇ ਮੀਡੀਆ ਨਾਲ ਕੀਤਾ ਕੋਈ ਸੂਬਾ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਹ ਸੂਬੇ ਜੋ ਉਸ ਮੁਲਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਨ ਔਰ ਸਭ ਤੋਂ ਵੱਧ ਇਹਦਾ ਜੋ ਨੁਕਸਾਨ ਚੱਲਿਆ ਉਹ ਪੰਜਾਬ ਨੇ ਚੱਲਿਆ ਅੱਜ ਉਹੀ ਲੋਕ ਜਿਹੜੇ ਪਹਿਲਾਂ ਉਹ ਹਾਲਾਤ ਬਣਾਉਣ ਵਾਸਤੇ ਜਿਨ੍ਹਾਂ ਨੂੰ ਦੇਣ ਵਾਸਤੇ ਆਰੰਭ ਕੀਤਾ ਅੱਜ ਉਹੀ ਤਾਕਤਾਂ ਫਿਰ ਪੰਜਾਬ ਦਾ ਜੋ ਬੜਾ ਚਿਰ ਬਾਅਦ ਆਪਾਂ ਅਮਨ ਸ਼ਾਂਤੀ ਲਿਆਂਦੀ ਹੈ ਉਹ ਹਾਲਾਤ ਪੈਦਾ ਕਰਨਾ ਚਾਹੁੰਦੇ ਇਹ ਕਾਂਗਰਸ ਪਾਰਟੀ ਦੀ ਇੱਕ ਪੰਜਾਬ ਪ੍ਰਤੀ ਨੀਤੀ ਹੈ ਇੱਥੇ ਸਾਡਾ ਰਾਜ ਤਾਂ ਆ ਸਕਦਾ ਜੇ ਹਿੰਦੂ ਸਿੱਖ ਦੋ ਜਿਹੜੇ ਸਕੇ ਭਰਾ ਹੈ ਉਹਨਾਂ ਦੇ ਮਨ ਵਿੱਚ ਸ਼ੰਕੇ ਪੈਦਾ ਹੋਣ ਔਰ ਇਕੱਠੇ ਇੱਕ ਸਟੇਜ 'ਤੇ ਨਾ ਚੱਲ ਸਕਣ ਅੱਜ ਵੀ ਇਹ ਪੁਰਾਣੀ ਜਿਹੜੀ ਸਿਆਸਤ ਹੈ ਸਿਰਫ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਪਟਿਆਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ 5 ਆਪ ਟੂਡੇ